ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ। ਮੇਰੇ ਨਾਲ ਮੌਜੂਦ ਨੇ ਤੀਰਥ ਸਿੰਘ ਪਨੈਕਲ, ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਔਰ ਰਿਫਿਊਜ਼ਡ ਕੇਸਿਸ ਨੂੰ ਵੀ PPR ਦਿਵਾਉਣ ਦੇ ਬਾਦਸ਼ਾਹ। ਬਹੁਤ ਇੰਪੋਰਟੈਂਟ ਟੌਪਿਕ ਹੈ ਜਿਸ ਉੱਪਰ ਅੱਜ ਤੀਰਥ ਜੀ ਦੇ ਨਾਲ ਗੱਲ ਕਰਨੀ ਹੈ। ਕੈਨੇਡਾ ਦੇ ਵਿੱਚ ਸਾਡੇ ਵਿਦਿਆਰਥੀ ਵੀ ਬਹੁਤ ਜ਼ਿਆਦਾ ਧਰਨੇ ਪ੍ਰਦਰਸ਼ਨਾਂ ਦੇ ਰੁਝਾਨ 'ਚ ਪੈ ਗਏ ਨੇ। ਜਦੋਂ ਵਿਦਿਆਰਥੀ ਆਪਣੀਆਂ ਗਲਤੀਆਂ ਕਰਕੇ ਪਾਸ ਨਹੀਂ ਹੋ ਪਾਉਂਦੇ ਤਾਂ ਫਿਰ ਇਸ ਤਰ੍ਹਾਂ ਦਾ ਦਬਾਅ ਵੀ ਕਈ ਵਿਦਿਆਰਥੀ ਕਾਲਜਾਂ 'ਤੇ ਬਣਾਉਂਦੇ ਨੇ ਕਿ ਉਹਨਾਂ ਨੂੰ ਪਾਸ ਕੀਤਾ ਜਾਵੇ। ਇਹ ਸਾਰਾ ਕੁਝ ਕੈਨੇਡਾ ਦੀ ਇਮੀਗ੍ਰੇਸ਼ਨ 'ਤੇ ਬਹੁਤ ਦਬਾਅ ਵਧਾਉਂਦਾ ਔਰ ਕੈਨੇਡਾ ਦੀ ਸਰਕਾਰ ਵੱਡੇ ਅਤੇ ਸਖਤ ਫੈਸਲੇ ਇਸੇ ਕਰਕੇ ਕਰ ਰਹੀ ਹੈ। ਹੁਣ ਖਬਰਾਂ ਇਹ ਆ ਰਹੀਆਂ ਨੇ ਕੈਨੇਡਾ ਤੋਂ ਕਿ ਹਰ ਵਿਦਿਆਰਥੀ ਨੂੰ PR ਮਿਲਣਾ ਅਸੰਭਵ ਹੋ ਜਾਏਗਾ। ਕਿਉਂ, ਕਿਹੜੇ ਵਿਦਿਆਰਥੀਆਂ ਨੂੰ ਹੁਣ PR ਮਿਲੇਗੀ, ਕਿਹੜੇ ਵਿਦਿਆਰਥੀ PR ਹਾਸਲ ਕਰ ਸਕਣਗੇ ਅਤੇ ਕਿਹੜੇ ਵਿਦਿਆਰਥੀਆਂ 'ਤੇ ਡਿਪੋਰਟ ਹੋਣ ਦਾ ਖਤਰਾ ਬਣ ਗਿਆ, ਭਾਵੇਂ ਉਹ ਕੈਨੇਡਾ 'ਚ ਹੋਣ ਨੇ ਜਾਂ ਉਹਨਾਂ ਨੇ ਜਾਣਾ। ਇਸ ਸਾਰੇ ਵਿਸ਼ੇ ਨੂੰ ਐਡਰੈਸ ਕਰਨਗੇ ਤੀਰਥ ਜੀ। ਤੀਰਥ ਜੀ, ਸਤਿ ਸ਼੍ਰੀ ਅਕਾਲ, ਅਤੇ ਮੈਂ ਚਾਹੂੰਗਾ ਕਿ ਇਸ ਪੂਰੇ ਵਿਸ਼ੇ ਨੂੰ ਤੁਸੀਂ ਐਡਰੈਸ ਕਰੋ। ਥੈਂਕ ਯੂ ਸਰ, ਅਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰ, ਬਿਲਕੁਲ ਇਹ ਉਹ ਸਮਾਂ ਆ ਚੁੱਕਾ ਜਿੱਥੇ ਮੈਂ ਹਰ ਪੰਜਾਬੀਆਂ ਨੂੰ ਕਹੂੰਗਾ ਕਿ ਜਿਹੜੇ ਵੀ ਸਾਡੇ ਨਾਲ ਇਸ ਸ਼ੋਅ ਦੇ ਵਿੱਚ ਜੁੜਦੇ ਆ, ਵੱਧ ਤੋਂ ਵੱਧ ਇਹ ਸ਼ੋਅਜ਼ ਨੂੰ ਮੈਂ ਤਾਂ ਕਹੂੰਗਾ ਸ਼ੇਅਰ ਕਰੋ, ਖਾਸ ਤੌਰ 'ਤੇ ਜਿਨ੍ਹਾਂ ਨੇ ਆਪਣੀਆਂ ਫਾਈਲਾਂ ਹਜੇ ਲਾਉਣੀਆਂ ਅੰਬੈਸੀ ਦੇ ਵਿੱਚ ਲਾਉਣੀਆਂ। ਕਿਉਂ ਕਰਨਾ ਕਹਿਣਾ ਚਾਹੁੰਦਾ ਵਾਂ, ਹਰ ਕਿਸੇ ਨੂੰ ਪਤਾ ਵਾ ਕਿ ਇਸ ਵੇਲੇ ਕੈਨੇਡਾ ਦੇ ਵਿੱਚ ਸਖਤੀ ਆ, ਖਾਸ ਤੌਰ 'ਤੇ ਜਿਹੜੇ ਬੱਚਿਆਂ ਦਾ ਵਰਕ ਪਰਮਿਟ ਆ 2024 'ਚ ਖਤਮ ਹੋਣਾ ਜਾਂ 25 'ਚ ਹੋਣਾ, ਉਹਨਾਂ ਨੂੰ ਕਈ ਵਾਰੀ ਨਾ ਫੋਨ ਲਾ ਕੇ ਕੈਨੇਡਾ ਪੁੱਛ ਕੇ ਦੇਖੋ ਕਿ ਉਹਨਾਂ ਦੇ ਇਸ ਵੇਲੇ ਕੀ ਬੀਤ ਰਹੀ ਹੈ, ਕਿੰਨੀ ਉਹਨਾਂ ਦੇ ਜਿਹੜੀਆਂ ਕਿ ਟੈਨਸ਼ਨਾਂ ਹੈਗੀਆਂ ਵਾ। ਤੋ ਇਸ ਵੇਲੇ ਨਾ ਜਿਹੜੀ ਇੱਕ ਪੰਜਾਬੀਆਂ ਦੀ ਸਭ ਤੋਂ ਵੱਡੀ ਮੈਂ ਤਾਂ ਕਹੂੰਗਾ ਸੋਚ ਹੈਗੀ ਆ ਨਾ, ਸੋਚ ਪਤਾ ਕੀ ਆ ਕਿ ਸਾਡਾ ਵੀਜ਼ਾ ਲਵਾ ਦਿਓ, ਕੀ ਆਫਰ ਦਿੰਦੇ ਆ, ਕਿਹੜੀ ਫੈਸਿਲਿਟੀ ਦਿੰਦੇ ਆ, ਪੇ ਆਫਟਰ ਵਾਲੀ ਵੀਜ਼ਾ ਵਾਲੀ ਫੈਸਿਲਿਟੀ ਦਿੰਦੇ ਆ, ਕਿ ਲੈਪਟਾਪ ਫਰੀ ਦਿੰਦੇ ਆ, ਮੋਬਾਈਲ ਫਰੀ ਦਿੰਦੇ ਆ, ਅੱਜ ਕੱਲ੍ਹ ਤਾਂ ਨਵੀਆਂ ਐਡਸ ਆ ਗਈਆਂ, ਪਤਾ ਨਹੀਂ ਕੀ ਹੋਰ ਚੀਜ਼ਾਂ ਬੱਚਿਆਂ ਨੂੰ ਫੈਸਿਲਿਟੀਆਂ ਫਰੀ ਮਿਲ ਰਹੀਆਂ। ਸੋ ਬਚ ਲਓ ਜਿੰਨਾ ਬਚ ਹੁੰਦਾ। ਇੱਕ ਵਾਰੀ ਦੁਬਾਰਾ ਕਹਿੰਦਾ, ਜਿਹੜਾ ਪਹਿਲਾ ਸਵਾਲ ਹੈ ਨਾ ਕਿ ਕੈਨੇਡਾ ਪਹੁੰਚਾਉਂਦਾ, ਪਤਾ ਨਹੀਂ ਸ਼ਾਇਦ ਇਹੀ ਮੈਨੂੰ ਕੈਨੇਡਾ ਪਹੁੰਚਾ ਸਕਦਾ। ਵੀਜ਼ਾ ਇਸ ਵੇਲੇ ਕੈਨੇਡਾ ਦਾ ਲੈਣਾ ਸਰ ਇੰਨਾ ਕੁ ਜ਼ਿਆਦਾ ਸੌਖਾ ਹੈ, ਮੈਨੂੰ ਇੱਦਾਂ ਲੱਗ ਰਿਹਾ ਕਿ ਸ਼ਾਇਦ ਦੁਬਈ ਜਾਂਦੀਆਂ ਸ਼ਾਇਦ ਥੋੜ੍ਹਾ ਬਹੁਤ ਔਖਾ ਹੋ ਕੈਨੇਡਾ ਜਾਣਾ, ਉੰਨਾ ਜ਼ਿਆਦਾ ਸੌਖਾ ਹੋ ਗਿਆ ਕਿਹਨਾਂ ਲਈ ਸਟੱਡੀ ਵੀਜ਼ਾ ਵਾਲਿਆਂ ਵਾਸਤੇ। ਸਿਰਫ ਇੱਕੋ ਚੀਜ਼ ਦੀ ਕੰਡੀਸ਼ਨ ਆ, ਤੁਹਾਡੀ ਫਾਈਲ ਅੰਡਰ SDS ਕੈਟਾਗਰੀ ਲੱਗਣੀ ਚਾਹੀਦੀ, ਜਿਹੜਾ ਕਿ ਕੌੜਾ ਸੱਚ ਆ, ਜਿਹੜੀ ਕਿ ਮੇਰੀ ਦੁਕਾਨਦਾਰੀ ਅਲਾਓ ਨਹੀਂ ਕਰਦੀ, ਉਹ ਤਾਂ ਕਹਿੰਦੀ ਔਖਾ ਔਖਾ ਕਹਾਂ ਸਿਰਫ ਮੈਂ ਹੀ ਲਵਾ ਸਕਦਾ, ਮੇਰੇ ਕੋਲ ਆਓ। ਮੈਂ ਤਾਂ ਕਹਿੰਦਾ ਵੀਜ਼ਾ ਇਸ ਵੇਲੇ ਸਭ ਕੋਲ ਲੱਗ ਜਾਂਦਾ, ਬਟ ਗੱਲ ਹੈਗੀ ਆ ਤੁਹਾਡੇ ਬੱਚੇ ਨੂੰ ਸਹੀ ਸਲਾਹ, ਸਹੀ ਗਾਈਡੈਂਸ, ਸਹੀ ਰਾਹ 'ਤੇ ਕੌਣ ਪਾਉਂਦਾ ਉਹ ਚੀਜ਼ ਮੈਟਰ ਕਰਦੀ ਆ। ਕਰੀਅਰ ਕਾਉਂਸਲਿੰਗ ਲੈ ਕੇ ਜਾਓ, ਲੰਬਾ ਸੋਚ ਕੇ ਜਾਓ, ਉਹ ਕੋਰਸ ਲੈ ਕੇ ਜਾਓ ਜਿਹੜਾ ਕਿ ਤੁਹਾਡੇ ਕੋਲ ਬੱਚੇ ਕੋਲ ਜਿਹੜਾ ਕਿ ਰਾਹ ਹੋਵੇ, ਨਾ ਕਿ ਜਿਹੜਾ ਕਿ ਬੱਚਾ ਫਸੇ। ਅਤੇ ਬਿਲਕੁਲ ਸਰ, ਇਹ ਸੱਚ ਹੈਗੀ ਆ, ਖਾਸ ਤੌਰ 'ਤੇ 2024 ਅਤੇ 2025 ਬੜਾ ਚੈਲੇਂਜਿੰਗ ਸਾਲ ਰਹਿਣ ਵਾਲਾ ਵਾ। ਅਤੇ ਮੈਂ ਇਸ ਬੱਚਿਆਂ ਨੂੰ ਕਹੂੰਗਾ ਜਿਹੜੇ ਬੱਚੇ ਉੱਥੇ ਵੀ ਆ ਨਾ ਇਸ ਵੇਲੇ, ਸਰ ਬਿਲਕੁਲ ਸੱਚਾਈ ਹੈ ਕਿ ਬੱਚੇ ਨਾ ਇਸ ਵੇਲੇ ਧਰਨੇ ਵੀ ਲਾ ਰਹੇ ਆ, ਬੱਚੇ ਥੋੜ੍ਹੇ ਸਟਰੱਕ ਵੀ ਆ, ਫਸੇ ਵੀ ਹੋਏ ਆ, ਉਹਨਾਂ ਨੂੰ ਵੀ ਕਹਿ ਦੇਵਾਂ ਹਿੰਮਤ ਨਾ ਛੱਡਿਓ। ਜਿਹੜੇ ਖਾਸ ਉਹਦੇ ਪੇਰੈਂਟਸ ਵੀ ਦੇਖ ਰਹੇ ਹੋਣਗੇ ਸ਼ੋ, ਕੁਛ ਨਹੀਂ ਹੋਣ ਲੱਗਾ ਅੱਜ ਤੱਕ ਕੈਨੇਡਾ ਦਾ ਕੋਈ ਵਾਪਸ ਨਹੀਂ ਆਇਆ। ਹਾਂ, ਡਿਲੇ ਜ਼ਰੂਰ ਹੈਗਾ, ਤੁਹਾਡੇ ਪੈਸੇ ਜ਼ਰੂਰ ਲੱਗਣੇ ਹੁਣ, ਕੀਮਤੀ ਪੈਸੇ, ਮਾਪਿਆਂ ਦੀਆਂ ਇੱਥੋਂ ਜ਼ਮੀਨਾਂ ਜ਼ਰੂਰ ਵਿਕਣਗੀਆਂ। ਕਿਉਂ, ਜਿਹੜਾ ਕਿ ਉਹਨਾਂ ਦੇ ਵਰਕ ਪਰਮਿਟ ਜਿਹੜੇ ਖਤਮ ਹੋ ਰਹੇ, ਹਾਂ ਅਨਾਊਂਸਮੈਂਟ ਜ਼ਰੂਰ ਹੋਈ ਹੈ ਕਿ ਵਰਕ ਪਰਮਿਟ ਐਕਸਟੈਂਸ਼ਨ ਦਿੱਤੀ ਜਾਊਗੀ, ਪਰ ਜ਼ਰੂਰ ਦਿੱਤੀ ਜਾਊਗੀ ਉਦੋਂ ਨਾ, ਪਰ ਜਿਹਨਾਂ ਦੇ ਹੁਣ ਅੱਜ ਕੱਲ੍ਹ ਮੁੱਕ ਰਹੇ ਉਹ ਕੀ ਕਰਨ, ਉਹਨਾਂ ਨੂੰ ਤਾਂ ਬੱਚਿਆਂ ਨੂੰ ਮਜਬੂਰੀ ਨਾ LMI ਜਿਹੜਾ ਕਿ ਵਰਕ ਪਰਮਿਟ ਆਪਾਂ ਕਹਿ ਰਹੇ ਹੈਗੇ ਆ ਲੋਕਲ ਮਾਰਕੀਟ ਤੋਂ, ਉਹ ਉਹਨਾਂ ਨੂੰ ਹੁਣ ਲੈਣਾ ਹੀ ਪੈ ਰਿਹਾ, ਲੈਣਾ ਹੀ ਪਵੇਗਾ ਆਉਣ ਵਾਲੇ ਸਮੇਂ ਦੇ ਵਿੱਚ। ਉਹ ਕਿੱਦਾਂ ਮਿਲਦਾ? ਪੈਸੇ ਦੇ ਕੇ ਮਿਲਦਾ। ਸੋ ਉਹ ਚੀਜ਼ਾਂ ਜਿਹੜੀਆਂ ਕਿ ਹੈਗੀਆਂ ਬੱਚਿਆਂ ਦਾ, ਜਿਹੜਾ ਕਿ ਨੁਕਸਾਨ ਹੋਏਗਾ ਫਾਈਨੈਂਸ਼ਲੀ ਤੌਰ 'ਤੇ, ਅਦਰਵਾਈਜ਼ ਨੁਕਸਾਨ ਨਹੀਂ ਹੋ, ਦੇਰ ਸੇਰ ਸਭ ਕੁਝ ਸਹੀ ਹੋ ਜਾਣਾ। ਇਲੈਕਸ਼ਨਸ ਕਰਕੇ 2024-25 ਚੈਲੇਂਜਿੰਗ ਸਾਲ ਰਹੇਗਾ, ਬਟ ਨਾਲ ਦੀ ਨਾਲ ਜਿਹੜਾ ਕੈਨੇਡਾ ਨੇ ਸਾਰੇ ਸਖਤੀ ਹੋਈ ਹੈ ਨਾ, ਅਤੇ ਮੈਂ ਅੱਜ ਦੁਬਾਰਾ ਕਹੂੰਗਾ ਇਸ ਸ਼ੋਅ ਦੇ ਨਾ, ਤੁਸੀਂ ਸਾਡੇ ਜਨਵਰੀ ਵਾਲੇ ਸ਼ੋਅ ਸੁਣ ਕੱਢ ਕੇ ਦੇਖੋ, ਜਦੋਂ ਹਰ ਵਾਰ ਨਾ GIC ਦਾ ਰੌਲਾ ਪੈ ਗਿਆ ਸੀ, ਡਬਲ ਮੈਂ ਕਿਹਾ ਸੀ ਇੱਕਦਮ ਨੋਰਮਲ ਲੱਗਣੀ, ਅੱਜ ਪੇਰੈਂਟਸ ਨਾ ਸਾਹਮਣੇ ਆ ਕੇ ਕਹਿ ਕੇ ਜਾਂਦੇ ਆ
ਸਰ ਵਧੀਆ ਹੋ ਗਿਆ, ਡਬਲ ਹੋਇਆ, ਬੱਚੇ ਦੀ ਅਗਲੇ ਸਾਲ ਦੀ ਫੀਸ ਦੀ ਟੈਨਸ਼ਨ ਹੀ ਮੁੱਕ ਗਈ, ਬੱਚੇ ਨੂੰ ਅਸੀਂ ਪਹਿਲਾਂ ਹੀ ਦੇਤੀ, ਆਪੇ ਹੀ ਕੱਢ ਲੈਂਦਾ, ਖਾਣ ਜੋਗੇ ਪੈਸੇ ਤਾਂ ਆਪਣੇ ਰਹਿਣ ਜੋਗੇ ਤਾਂ ਕਮਾ ਹੀ ਲੈਂਦਾ ਬੱਚਾ, ਸੋ ਉਹੀ ਦੇਖਿਆ ਉਹ ਚੀਜ਼ਾਂ ਨੋਰਮਲ ਲੱਗਣ ਲੱਗ ਪੈਂਦੀਆਂ। ਸੋ ਕੈਨੇਡਾ ਦੀ ਜਿਹੜੀ ਸਖਤੀ ਹੈ, ਮੈਂ ਤਾਂ ਚਾਹੁੰਦਾ ਸਗੋਂ ਪਹਿਲਾਂ ਹੋਣੀ ਚਾਹੀਦੀ ਸੀ, ਜਿਹੜੇ ਪਹਿਲਾਂ ਬੱਚੇ ਗਏ ਉਦੋਂ ਵੀ ਹੋਣੀ ਚਾਹੀਦੀ ਸੀਗੀ। ਇਹ ਤਾਂ ਮੈਂ ਇਹ ਚੀਜ਼ ਕਹਿ ਰਿਹਾ, ਧੱਕਾ ਹੀ ਬੜਾ ਹੋਇਆ ਬੱਚਿਆਂ ਨਾਲ ਪੜ੍ਹਾਈ ਨਾਲ, ਬੱਚਿਆਂ ਨੂੰ ਕਾਲਜ ਬੱਚਾ ਇੱਥੇ ਜਿੱਦਾਂ ਮਰਜ਼ੀ ਵੱਡੀਆਂ ਵੱਡੀਆਂ ਗੱਲਾਂ ਪੇਰੈਂਟਸ ਵੀ ਬੱਚੇ ਵੀ ਕਰਦੇ ਸੀ, ਅਸੀਂ ਪੜ੍ਹਨਾ ਪੜਾਉਣਾ, ਪਰ ਜਦੋਂ ਉੱਥੇ ਪਹੁੰਚਦਾ ਨਾ ਉਹਨਾਂ ਦਾ ਸਲਾਹਕਾਰ ਕੌਣ ਆ? ਬੱਚੇ ਜਿਹੜੇ ਆਪ ਬੱਚੇ ਕੀ ਚਾਹੁੰਦੇ ਆ, ਉਹ ਤਾਂ ਕਹਿੰਦੇ ਛੇਤੀ ਛੇਤੀ ਆਪਾਂ ਰਿਲੈਕਸ ਕਰੀਏ, ਛੇਤੀ ਛੇਤੀ ਲਗਜ਼ਰੀ ਦੇ ਵਿੱਚ ਜਾਈਏ। ਇੱਕ ਇੱਕ ਦੋ ਦੋ ਦਿਨ ਵਾਲੇ ਕਾਲਜਸ ਦੇ ਵਿੱਚ ਜਾਂਦੇ ਸੀਗੇ, ਇਹ ਜਿਹੜੇ 19 ਕਾਲਜ ਉੱਥੇ ਸਸਪੈਂਡ ਹੋਏ ਨਾ, ਖਾਸ ਤੌਰ 'ਤੇ ਓਨਟਾਰੀਓ ਬ੍ਰੈਂਪਟਨ 'ਚ, ਬਹੁਤ ਵਧੀਆ ਸਟੈਪ ਮੈਂ ਤਾਂ ਕਹੂੰਗਾ, ਇਨੀਸ਼ੀਏਟਿਵ ਆ, ਬੱਚਿਆਂ ਦੀ ਜ਼ਿੰਦਗੀ ਨਾਲ ਹੀ ਧੱਕਾ ਹੋ ਰਿਹਾ ਸੀਗਾ। ਅਸੀਂ ਲਾਸਟ ਵੀਡੀਓ ਅਸੀਂ ਕੱਢੀ ਸੀ ਕੈਨੇਡਾ ਦੇ ਬੱਚਿਆਂ ਨੂੰ 4 ਆਪਸ਼ਨ, ਉਹ ਵੀ ਨਾਲ ਜ਼ਰੂਰ ਦੇਖ ਲਿਓ, ਨਵੀਂ ਜਿਹੜੀ ਕੀ ਆ ਨਵੇਂ ਬੱਚਿਆਂ ਵਾਸਤੇ ਆ। ਕਰੀਅਰ ਕਾਉਂਸਲਿੰਗ ਦੀ ਗੱਲ ਕੀਤੀ ਸੀ, ਕਿਹੜੇ ਕਿਹੜੇ ਬੱਚੇ ਕੋਰਸ ਲੈ ਸਕਦੇ, ਕਿੱਦਾਂ ਫਾਇਦਾ ਹੋ ਸਕਦਾ, ਸੋ ਅੱਜ ਮੈਂ ਦੁਬਾਰਾ ਉਸ ਵੀਡੀਓ 'ਚ ਕਹੂੰਗਾ। PR ਕੈਨੇਡਾ ਦੇ ਵਿੱਚ ਜੇ ਲੈਣੀ ਆ ਨਾ, ਕੈਨੇਡਾ 'ਚ ਕਦੀ ਕਿਸੇ ਦੀ ਸਿਫਾਰਿਸ਼ ਨਹੀਂ ਚੱਲਦੀ, ਇੱਥੇ ਨਹੀਂ ਕਿ ਆਪਾਂ ਰਿਸ਼ਤੇਦਾਰ ਦਾ ਜਾਂ ਕਿਸੇ ਦਾ ਫੋਨ ਕਰਾ ਦਈਏ ਵੀ ਮੇਰਾ ਕੰਮ ਬਣਾ ਦੇ, ਇੱਦਾਂ ਨਹੀਂ ਹੋਣਾ। ਕੈਨੇਡਾ 'ਚ ਤਾਂ ਹਰ ਚੀਜ਼ ਦੇ ਪੁਆਇੰਟ ਮਿਲਣੇ, ਤੁਹਾਡੀ ਤੁਹਾਨੂੰ ਉਮਰ ਦੇ ਪੁਆਇੰਟ ਮਿਲਣੇ, ਤੁਹਾਨੂੰ ਤੁਹਾਡੀ ਐਜੂਕੇਸ਼ਨ ਦੇ ਪੁਆਇੰਟ ਮਿਲਣੇ। ਮੇਰਾ ਹਮੇਸ਼ਾ ਹਰ ਬੱਚੇ ਨੂੰ ਇਹ ਸਵਾਲ ਹੁੰਦਾ, ਅੱਜ ਵੀ ਮੈਂ 8-10 ਬੱਚਿਆਂ ਨੂੰ ਪਰਸਨਲੀ ਆਪ ਮਿਲਿਆ ਚੰਡੀਗੜ੍ਹ ਦੇ ਆਫਿਸ, ਅਤੇ ਬੱਚਿਆਂ ਨੂੰ ਤਾਂ ਮੈਂ ਹਮੇਸ਼ਾ ਇੱਕੋ ਹੀ ਗੱਲ ਆਉਂਦੀ, ਤਾਂ ਬੱਚਿਆਂ ਦਾ ਉਦੋਂ ਕੋਈ ਜਵਾਬ ਨਹੀਂ ਹੁੰਦਾ। ਜਦੋਂ ਬੱਚੇ ਆਪਣੇ ਪੇਰੈਂਟਸ ਨਾਲ ਆਉਂਦੇ ਨਾ, ਤਾਂ ਮੈਂ ਇੱਕੋ ਚੀਜ਼ ਪੁੱਛਦਾ, ਬੱਚੇ ਪੁੱਛਦੇ ਸਰ ਕਿਹੜਾ ਕੋਰਸ ਲਈਏ, ਮੈਂ ਉਹਨੂੰ ਕਹਿੰਦਾ ਬੇਟਾ ਮੈਂ ਡਿਗਰੀ ਕੀਤੀ, ਤੁਸੀਂ ਡਿਪਲੋਮਾ, ਤੁਹਾਡੇ ਪੇਰੈਂਟਸ ਨੇ ਡਿਪਲੋਮਾ ਕੀਤਾ, ਕਿਹਨੂੰ ਕੰਮ 'ਤੇ ਰੱਖੋਗੇ? ਅਤੇ ਬੱਚਾ 1 ਸੈਕਿੰਡ 'ਚ ਕਹਿੰਦਾ ਜੀ ਤੁਹਾਨੂੰ ਡਿਗਰੀ, ਅਤੇ ਮੈਂ ਤਾਂ ਇੱਕੋ ਨਾਲ ਹੀ ਕਹਿੰਦਾ ਬੇਟਾ ਮੰਮੀ ਡੈਡੀ ਛੱਡ ਤੇ। ਸਿਰਫ ਕਿਉਂ? ਸਿਰਫ ਐਜੂਕੇਸ਼ਨ ਏਡਾ ਵੱਡਾ ਰੋਲ ਆ, ਸੋ ਜਿਹੜੇ ਕੰਮ ਦੀਆਂ ਟੈਨਸ਼ਨਾਂ, ਜਿਹੜੀਆਂ ਹੋਰ ਸਾਰੀਆਂ ਟੈਨਸ਼ਨਾਂ ਦੂਰ ਹੋਏਗੀ ਡਿਗਰੀ। ਹਾਂ, ਐਟ ਇਨੀਸ਼ੀਅਲ ਸਟੇਜ 'ਤੇ ਡਿਗਰੀ 'ਚ ਐਡਮਿਸ਼ਨ ਲੈਣਾ ਚੈਲੇਂਜਿੰਗ ਆ, ਕਿਉਂ ਆ? 4 ਸਾਲ ਦੀ ਸਲਾਹਾਂ ਦੇਈ ਜਾਂਦਾ, ਫ੍ਰੀ ਦੀਆਂ ਬੈਠਾ, ਇੱਥੇ ਪੈਸੇ ਥੋੜ੍ਹੋ ਦੇ ਰਿਹਾ, 4 ਸਾਲ ਦੀ ਫੀਸਾਂ ਕੌਣ ਦੇਗਾ? ਸੋ ਉਹ 4 ਸਾਲ ਦੀ ਫੀਸਾਂ, ਮੈਂ ਕਹਿੰਦਾ ਉਹ ਕੋਰਸ ਲਓ ਜਿਹੜਾ ਤੁਹਾਡੇ ਕ੍ਰੈਡਿਟ ਟ੍ਰਾਂਸਫਰ ਹੋ ਜਾਣ। ਸੋ ਇਹ ਚੀਜ਼ਾਂ ਸੋਚ ਸਮਝ ਕੇ ਪਹਿਲਾਂ ਸਾਰਾ ਕੁਝ ਵਰਕਆਊਟ ਕਰੋ, ਕਿ ਜੇ ਇਨ ਫਿਊਚਰ 2-3-4-5-7-10 ਸਾਲ ਬਾਅਦ ਵੀ ਜੇ ਪੜ੍ਹਨਾ ਪਵੇ, ਕ੍ਰੈਡਿਟ ਟ੍ਰਾਂਸਫਰ ਹੋਣ ਕਿ ਹਾਂ ਡਿਗਰੀ ਕਰਨੀ ਹੋਵੇ ਤਾਂ ਮੈਨੂੰ ਫਾਇਦਾ ਜ਼ਰੂਰ ਹੋਵੇ। ਸੋ PR ਜਾਂ ਸੈਟਲਮੈਂਟ ਕੈਨੇਡਾ 'ਚ, ਹੁਣ ਉਹੀ ਬੱਚਾ ਜਿਹੜਾ ਕੀ ਆ ਇਸ ਵੇਲੇ ਲੈਣ ਦੇ ਵਿੱਚ ਕਾਮਯਾਬ ਹੋਊਗਾ। ਜਿਹੜਾ ਡੱਲਾ ਜੀ ਨੇ ਕਿਹਾ ਨਾ ਕਿ ਹਾਂ ਬਈ ਇੰਪੋਸੀਬਲ ਹੋ ਜੂਗਾ, ਖਰਾਬ ਹੋ ਜੂਗਾ, ਬਿਲਕੁਲ ਸੱਚਾਈ ਆ। ਖਰਾਬ ਤਾਂ ਕੀ ਆ, ਮਾਪਿਆਂ ਦੇ ਪੈਸੇ ਖਰਾਬ ਹੋਣਗੇ, PR ਤਾਂ ਕੈਨੇਡਾ ਨੇ ਲੈ ਹੀ ਲੈਣੇ ਆ, ਕਿੱਲੇ ਵਿਕਣੇ ਇੱਥੋਂ, ਜ਼ਮੀਨਾਂ ਵਿਕਣੀਆਂ। ਹਾਂ, ਜੇ ਤੁਸੀਂ ਚਾਹੁੰਦੇ ਆ ਮਿਹਨਤ ਨਾਲ ਲੈਣੀ ਆ, ਅਤੇ ਮਿਹਨਤ ਤੁਹਾਡੇ ਬੱਚੇ ਨੂੰ ਹੁਣੀ ਕਰਾ ਲਓ, ਜਿਹੜੇ ਕਿਸੇ ਹੋਰ ਏਜੰਟ ਦੀ ਜੇਬ 'ਚ ਪੈਸੇ ਪਾਉਣੇ ਆ ਨਾ, ਮੈਂ ਤਾਂ ਕਹਿੰਦਾ ਆਪਣੇ ਬੱਚੇ ਦੀ ਪੜ੍ਹਾਈ 'ਤੇ ਪੈਸੇ ਲਾ ਦਿਓ, ਬੱਚੇ ਨੂੰ ਉਹ ਕੋਰਸ ਲਿਆ ਕੇ ਦਿਓ ਕਿ ਇਨ ਫਿਊਚਰ ਦੇ ਵਿੱਚ ਐਸੋਸੀਏਟ ਡਿਗਰੀ, ਮੈਂ ਨਾਮ ਵੀ ਲੈ ਰਹਿੰਦਾ ਬੇਟਾ, ਜੇ ਤੁਸੀਂ ਕਰਨਾ ਚਾਹੁੰਦੇ ਆ BC ਦੇ ਵਿੱਚ ਕਰੋ, ਐਡਵਾਂਸ ਡਿਪਲੋਮੇ ਓਨਟਾਰੀਓ 'ਚ ਕਰੋ ਜਿਹੜੇ 3 ਸਾਲ ਦੇ ਹੁੰਦੇ। ਹਾਂ, ਇਹਦੇ ਕ੍ਰੈਡਿਟ ਟ੍ਰਾਂਸਫਰ 70-80% ਜ਼ਰੂਰ ਬੱਚਿਆਂ ਨੂੰ ਮਿਲਦੇ ਆ, ਕਿ 3ਰੇ ਸਾਲ ਬੱਚਿਆਂ ਦੀ ਟ੍ਰਾਂਸਫਰ ਹੋ ਜਾਂਦੀ ਡਿਗਰੀ ਦੇ ਵਿੱਚ। ਸੋ ਇਹ ਕਰੀਅਰ ਕਾਉਂਸਲਿੰਗ ਲੈ ਕੇ ਭੇਜੋ ਆਪਣੇ ਬੱਚੇ ਨੂੰ, ਬੱਚੇ ਨੂੰ ਬਿਠਾ ਕੇ ਗਾਈਡ ਕਰੋ, ਸਿਰ ਉਹਨੂੰ ਮੋਟਿਵ ਦਿਓ ਕਿ ਬੇਟਾ ਆਪਾਂ ਪੈਸੇ ਬਚਾਉਣੇ ਆ ਲੌਂਗ ਟਰਮ ਦੇ ਵਿੱਚ, ਸ਼ਾਰਟ ਟਰਮ ਨਹੀਂ। ਆਪਾਂ ਦੇਖਣਾ ਉਹ ਬੱਚੇ PR ਲੈਣ ਦੇ ਵਿੱਚ ਵੀ ਕਾਮਯਾਬ ਹੋਣਗੇ, ਉਹ ਬੱਚੇ PR ਔਰ ਉੱਥੇ ਬੱਚੇ ਜੋਬ, PR ਤੋਂ ਬਾਅਦ ਜਾਂ ਪੜ੍ਹਾਈ ਤੋਂ ਬਾਅਦ ਜੋਬ ਲੈਣ ਦੇ, ਵਧੀਆ ਜੋਬ ਲੈਣ ਦੇ ਵਿੱਚ ਵੀ ਜਿਹੜੇ ਕਿ ਕਾਮਯਾਬ ਹੋਣਗੇ। ਆ ਜਿਹੜੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਨਾ, ਇਹ ਵੀ ਤੁਹਾਨੂੰ ਦਿਖਣੀਆਂ ਬੰਦ ਹੋ ਜਾਣੀਆਂ। ਸਰ, ਅੱਜ ਮੈਂ ਇੱਕ ਹੋਰ ਗੱਲ ਇੱਥੇ ਕਹਿਣ ਲੱਗਾ ਜਿਹੜੀ ਕਿ ਬਹੁਤ ਵੱਡੀ ਗੱਲ ਆ, ਸੋ ਤਾਂ ਆਪਾਂ ਵੱਖਰੀ ਵੀ ਕਰਾਂਗੇ, ਜਿਹੜੀ ਕਹਿੰਦਾ ਕਿ ਏਜੰਟਸ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡਾ ਬੱਚਾ 2 ਸਾਲ ਉੱਥੇ ਪੜ੍ਹਦਾ ਜਾਂ ਨਹੀਂ ਪੜ੍ਹਦਾ। ਮੈਂ ਵੀ ਉਹਨਾਂ ਦੇ ਵਿੱਚੋਂ, ਕਿਉਂ ਨਹੀਂ ਪੜ੍ਹਦਾ? 2 ਸਾਲ ਦੀ ਕਮਿਸ਼ਨ ਨਹੀਂ ਆਉਂਦੀ। ਸੋ ਮੈਂ ਤਾਂ ਚਾਹੁੰਦਾ ਵਾਂ ਕਿ ਉੱਥੇ ਦੇ ਕਾਲਜ ਵੀ ਨਾ ਹਰ ਸਾਲ ਬੱਚਾ ਆਪਣੇ ਕਮਿਸ਼ਨ ਦੇਵੇ। ਦੇਖਿਓ, ਪੰਜਾਬ ਦੇ ਹਰ ਏਜੰਟ ਨੇ ਤੁਹਾਨੂੰ ਡਿਗਰੀ ਦੇਣੀ ਸੁਜੈਸਟ ਕਰਨੀ ਸ਼ੁਰੂ ਕਰ ਦੇਣੀ, ਜਾਂ ਐਡਵਾਂਸ ਡਿਪਲੋਮਾ ਸੁਜੈਸਟ ਕਰਨਾ ਸ਼ੁਰੂ ਕਰ ਦੇਣਾ। ਸੋ ਏਜੰਟ ਦਾ ਤਾਂ ਫਾਇਦਾ ਹੋਣਾ ਹੀ ਹੋਣਾ, ਬਟ ਜੋ ਤੁਹਾਡਾ ਅਤੇ ਤੁਹਾਡੇ ਬੱਚੇ ਦੀ ਆਉਣ ਵਾਲੀ ਜ਼ਿੰਦਗੀ 'ਚ ਫਾਇਦਾ ਹੋਣਾ ਨਾ, ਉਹਦੀ ਕੋਈ ਰੀਸ, ਕੋਈ ਕੰਪੈਰੀਜ਼ਨ ਨਹੀਂ ਹੋਊਗਾ। ਬਟ ਮੈਂ ਤਾਂ ਉਹ ਚੀਜ਼ ਕਹਿੰਦਾ, ਬਿਨਾਂ ਕਿਸੇ ਲਾਲਚ ਤੋਂ, ਬਿਨਾਂ ਕਿਸੇ ਕਮਿਸ਼ਨ ਤੋਂ, ਕਿਉਂਕਿ
ਉਹ ਸਲਾਹ ਦੇ ਰਹੇ ਹਾਂ ਜੋ ਅਸੀਂ ਆਪਣੇ ਬੱਚੇ ਨੂੰ ਦੇ ਸਕੀਏ। ਸੋ ਜਿੰਨੀਆਂ ਮਰਜ਼ੀ ਕੈਨੇਡਾ ਦੀਆਂ ਗੌਰਮੈਂਟ ਅਨਾਊਂਸਮੈਂਟਾਂ ਕਰ ਦੇਣ, ਜਿੰਨੇ ਮਰਜ਼ੀ ਆਪਾਂ ਥੰਬਨੇਲ ਦੇਖ ਲੈਣ, ਵਿਊਜ਼ ਨਾਲ ਕੁਛ ਨਹੀਂ ਆਉਣਾ। ਹੋਣਾ ਸਿਰਫ ਤਾਂ ਹੀ ਆ ਜੇ ਤੁਹਾਡਾ ਬੱਚਾ ਉੱਥੇ ਪੜ੍ਹਾਈ ਦੇ ਰਾਹ 'ਤੇ ਚੱਲ ਕੇ ਸਿਰਾ ਲਾ ਗਿਆ ਨਾ, ਆਉਣ ਵਾਲੇ 'ਚ ਪੜ੍ਹਾਈ 'ਤੇ ਫੋਕਸ ਕਰ ਲਏ, 2-3 ਸਾਲ ਤਪੱਸਿਆ ਕਰ ਲਏ, ਦੇਖਿਓ ਤੁਸੀਂ ਕਿੱਦਾਂ ਇੱਕ ਵਾਰੀ ਭੀੜ ਤੋਂ ਨਿਕਲ ਕੇ ਨਾ ਕਿਤੇ ਦੀ ਕਿਤੇ ਜ਼ਿੰਦਗੀ ਲਾਏਗਾ। ਸੋ ਇਨ ਫਿਊਚਰ ਫੋਕਸ ਰੱਖੋ ਡਿਗਰੀ ਕਰਨੀ, ਇਨ ਫਿਊਚਰ ਲਗਾਤਾਰ 4 ਸਾਲ ਭਾਵੇਂ ਨਹੀਂ ਵੀ, ਉਹ ਕੋਰਸ ਲਓ ਜਿਹੜਾ ਤੁਹਾਨੂੰ ਡਿਗਰੀ ਤੱਕ ਲੈ ਜਾਵੇ। ਸੋ ਉਹਦੇ ਵਾਸਤੇ ਸਾਡੀ ਪਿਨੈਕਲ ਦੀ ਟੀਮ ਨਾਲ ਜ਼ਰੂਰ ਕੰਟੈਕਟ ਕਰੋ, ਸਾਡੇ ਜਲੰਧਰ, ਅੰਮ੍ਰਿਤਸਰ, ਚੰਡੀਗੜ੍ਹ ਆਫਿਸ, ਅਤੇ ਹੋਰ ਵੀ ਤੁਹਾਨੂੰ ਕੋਈ ਡਾਊਟ ਆ ਪਰਸਨਲੀ ਮਿਲ ਕੇ ਆਪਣੇ ਬੱਚੇ ਦੀ ਜਿਹੜੀ ਕਿਸਮਤ ਆ ਸਾਡੇ ਹੱਥ 'ਚ ਦੇ ਕੇ ਜਾਓ। ਚਲੋ, ਬਹੁਤ ਹੀ ਮਹੱਤਵਪੂਰਨ ਗੱਲਾਂ ਧੀਰਜ ਜੀ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਸੋ 85-578-85-578 ਤੁਰੰਤ ਇਸ ਨੰਬਰ 'ਤੇ ਟੈਲੀਫੋਨ ਕਰੋ ਅਤੇ ਧੀਰਜ ਜੀ ਦੇ ਨਾਲ ਤੁਸੀਂ ਰਾਬਤਾ ਬਣਾਓ, ਪੂਰੀ ਕਲੈਰਿਟੀ ਲਓ, ਫਿਰ ਆਪਣੀ ਜ਼ਿੰਦਗੀ ਦਾ ਫੈਸਲਾ ਕਰੋ। ਬਹੁਤ ਧੰਨਵਾਦ ਧੀਰਜ ਜੀ।